ਪੁੱਤ ਰੋਟੀ ਬਣੀ ਪਈ ਆ ਤੇ ਰੋਟੀ ਖਾ ਲਾ, ਤੈਨੂੰ ਬਾਅਦ ਚ ਸਕੂਲ ਵੀ ਛੱਡ ਕੇ ਆਉਣਾ ਮੈਂ, ਫਿਰ ਕੰਮ ਤੇ ਜਾਣਾ ਹੁੰਦਾ ਯਾਰ ਮੈਂ, ਠੀਕ ਆ ਮੇਰਾ ਸ਼ੇਰ ਛੇਤੀ ਕਰ। ਉਹ ਸੀਪੇ ਪੁੱਤ ਲੇਟ ਹੋ ਗਈ, ਚੱਲ ਚੱਲੀਏ ਹੁਣ, ਛੱਡ ਕੇ ਆਵਾਂ ਤੈਨੂੰ ਸਕੂਲ ਯਾਰ। ਆ ਜਾ ਆ ਜਾ ਸ਼ਾਮੇ ਕਰ ਤੈਨੂੰ, ਅੱਜ ਮੈਂ ਗੱਲਾਂ ਦੋ ਚਾਰ ਦੱਸਦਾ। ਚੱਲ ਦੱਸ ਯਾਰ। ਲੈ ਸੁਣ ਪੁੱਤਰ, ਤੈਨੂੰ ਵੀ ਬਹੁਤ ਔਖਾ ਪਾ ਲਿਆ। ਹਾਂ ਹਾਂ, ਤੂੰ 3 ਸਾਲਾਂ ਸੀ, ਤੇਰੀ ਮਾਂ ਦੀ ਡੈਥ ਹੋ ਗਈ। ਕਹੇ ਤੈਨੂੰ ਤੇਰੀ ਮਾਂ ਦਾ ਘਾਟਾ ਮੈਂ ਮਹਿਸੂਸ ਨਹੀਂ ਹੋਣ ਦਿੱਤਾ, ਪਰ ਪੁੱਤ ਅੱਜ ਦਾ ਬੁਰਾ ਟਾਈਮ ਚੱਲੀ ਜਾਂਦਾ, ਮਾੜੀ ਮੰਡੀਰ ਦੀ ਸੰਗਤ ਤੋਂ ਬਚ ਕੇ ਰਹੀ। ਪੁੱਤ ਕਿਸੇ ਦੇ ਮਗਰ ਲੱਗ ਕੇ ਆਪਾਂ ਐਵੇਂ ਆਪਦਾ ਘਰ ਨੀ ਜਾੜਨਾ, ਤੂੰ ਇੱਕ ਵਾਰ ਮੇਰੇ ਵੱਲ ਸੋਚ ਕੇ ਦੇਖ ਲਈ, ਠੀਕ ਹੈ? ਬਾਕੀ ਪੁੱਤ ਤੂੰ ਵੀ ਸਿਆਣਾ ਹੁਣ, ਚੱਲ ਸ਼ੇਰਾ ਇਹ ਗੱਲਾਂ ਮੇਰੀਆਂ ਹੁਣ ਕੰਨ ਚ ਪਾ ਲਈ, ਠੀਕ ਹੈ? ਬਾਪੂ ਉਰੇ ਆ ਯਾਰ, ਗੱਲ ਕਰਨੀ ਆ। ਵਿੱਚ ਜੜੀ ਪਈ ਆ, ਅੱਖਾਂ ਨਾਲ ਖਿੱਚੀ ਤਸਵੀਰ ਜੱਟੀ ਦੀ। ਉਹ ਆ ਪੁੱਤ, ਉਹ ਆ ਗਿਆ ਆ ਗਿਆ ਆ ਗਿਆ। ਹਾਂ ਸੀਪੇ ਬਾਪੂ ਉਰੇ ਆ ਯਾਰ, ਮੈਂ ਤੈਨੂੰ ਗੱਲ ਕਰਨੀ ਆ, ਛੇਤੀ ਆ ਯਾਰ। ਕੀ ਗੱਲ ਕਰਨੀ ਆ ਤੂੰ? ਹਾਂ ਸੀਪੇ ਕੀ ਗੱਲ ਆ? ਬਾਪੂ ਉਰੇ ਆ ਬੈਠ ਯਾਰ, ਮੰਜੇ ਤੇ ਬੈਠ, ਤੈਨੂੰ ਮੈਂ ਗੱਲ ਦੱਸਦਾ। ਉਹ ਕੀ ਦੱਸਦਾ ਪੰਦਰਾ? ਉਹ ਬਾਪੂ ਮੈਨੂੰ ਮੋਟਰਸਾਈਕਲ ਲੈ ਕੇ ਦੇ ਯਾਰ, ਠੀਕ ਆ? ਮੈਂ ਹੁਣ ਜਾਣਾ ਹੁੰਦਾ ਕਾਲਜ, ਤੇ ਮੈਂ ਲੇਟ ਲੂਟ ਹੋ ਜਾਂਦਾ, ਫਿਰ ਮੇਰੇ ਨਾਲ ਦੇ ਲਿਆਜੀਆਂ ਕੋਲੇ ਸਾਰਿਆਂ ਕੋਲੇ ਮੋਟਰਸਾਈਕਲ, ਅੱਜ ਕੱਲ ਕੌਣ ਬੱਸ ਤੇ ਆਉਂਦਾ ਯਾਰ? ਉਹ ਤਾਂ ਮੇਰੀ ਸੁਣ ਗੱਲ ਆਪਣੀ ਚਾਦਰ ਨੂੰ ਵੇਖ ਕੇ ਪੈਰ ਪਸਾਰਨੇ ਚਾਹੀਦੇ। ਵੇਖ ਯਾਰ, ਤੇਰੇ ਨਾਲ ਕੰਮ ਚ ਵੀ ਹੱਥ ਵਟਾਇਆ, ਪਤਾ ਸ਼ੇਰਾ ਕੋਈ ਗੱਲ ਨੀ, ਕਰ ਸੋਚ ਤੇਰੀ ਗੱਲ ਬਾਰੇ ਵੀ ਕੋਈ ਗੱਲ। ਚੱਲ ਬਾਬੂ ਜਰੂਰ ਸੋਚੀ। ਠੀਕ ਆ। ਹੈਲੋ, ਹਾਂ ਕਿੱਥੇ ਪੰਗਰਾ? ਉਹ ਚੱਲ ਠੀਕ ਆ, ਮੈਂ ਆ ਗਿਆ ਫਿਰ ਬਾਈ, ਇੱਥੇ ਆ ਗਿਆ ਚੱਲ ਚੰਗਾ ਬਾਬੂ, ਮੈਂ ਚੱਲਦਾ ਰੋਟੀ ਰੈਡੀ। ਮੈਂ ਕੋਈ ਪੁੱਤ ਕਾਲ ਤੋਂ ਕਿ ਲਿਆ। ਹਾਂ ਬਾਪੂ ਦੱਸ। ਹਾਂ ਓਏ ਦੱਸ ਏ ਬਾਪੂ, ਕੀ ਦਾ ਪੁੱਤ ਕਿ ਸੰਗ ਚੀਜ਼ ਨਾ ਹੋ ਜਰਾ ਬਾਪੂ ਜੀ। ਆ ਬਾਬੂ ਮੇਰਾ ਮੋਟਰਸਾਈਕਲ ਆ? ਪੁੱਤ ਤੇਰਾ ਹੀ ਆ ਇਹ? ਨਹੀਂ ਬਾਬੂ, ਮੈਨੂੰ ਇਜਾਜ਼ਤ ਜਾਣ। ਉਹ ਲੈ ਪੁੱਤ, ਤੈਨੂੰ ਚਾਬੀ ਵੀ ਦਿੰਦਾ ਮੈਂ। ਕੀ ਗੱਲ ਆ? ਹਲਾ ਪੁੱਤ ਵੇਖ। ਬਾਬੂ ਬਹੁਤ ਬਹੁਤ ਧੰਨਵਾਦ ਯਾਰ। ਪੁੱਤ ਤੇਰੇ ਲਈ ਇੰਨਾ ਕਰ। ਬਾਬੂ ਨਹੀਂ ਆ ਰਹੀ ਜਾਂ ਕੰਮ ਮੋਟਰਸਾਈਕਲ ਆ ਦੇ। ਕੋਈ ਨਹੀਂ ਕੋਈ ਨਹੀਂ ਪੁੱਤ, ਬਹੁਤ ਬਹੁਤ ਬਾਬੂ ਤੇਰੇ ਬਾਰੇ ਕੇ ਬਾਬੂ ਹਰੇ ਹੁੰਦੇ। ਪੁੱਤ ਤੇਰੇ ਲਈ ਸਭ ਕੁਝ, ਘਰ ਬਾਰ ਸਭ ਤੇਰੇ ਹੀ ਆ। ਚੱਲ ਚੰਗਾ ਬਾਬੂ, ਫਿਰ ਮੈਂ ਚੱਲਦਾ, ਜੋ ਮੈਂ ਲੇਟ ਹੋਈ ਜਾਂਦਾ ਯਾਰ, ਅੱਗੇ ਲੇਟ ਹੋ ਗਿਆ। ਚੰਗਾ ਕਾਲਜ। ਹਾਂ ਬਾਬੂ ਚੱਲ ਜਾ। ਚੱਲ ਠੀਕ ਹੈ ਜੀਰਾ, ਮਨ ਲਾ ਕੇ ਪੜੀ। ਚੱਲ ਚੰਗਾ ਬਾਬੂ ਫਿਰ।
ਕੀ ਹਾਲ ਆ ਬਾਈ? ਕੀ ਨਾਮ ਖਤਰਾ ਬਾਈ? ਮੇਰਾ ਪਿੰਡ ਆਇਆ ਕੀਪਾ। ਕਿਹੜਾ ਪਿੰਡ ਆ ਬਾਈ? ਚੁੱਕੇ ਦੇਣਾ ਆਪਣਾ ਪਿੰਡ। ਕਿਹੜੀ ਪੜ੍ਹਾਈ ਪੜ੍ਹੂਈ ਕਰਦਾ ਤੂੰ? ਪੜ੍ਹਾਈ ਪੜਾ ਬਾਈ ਆਪਣੀ ਬੀ ਕੌਮ ਆ ਯਾਰ। ਬਾਈ ਆਪਣੀ ਕਿਹੜੀ ਪੜ੍ਹਾਈ ਆ? ਆਪਣਾ ਬੀ ਐਸ ਸੀ ਕਰਦੇ ਯਾਰ। ਯਾਰ ਪੜ੍ਹਾਈ ਬਾਈ ਤੁਸੀਂ ਬੜੀ ਔਖੀ ਯਾਰ, ਕਦੇ ਕਲਾਸ ਤਾਂ ਦੇਖਿਆ ਨੀ ਯਾਰ। ਆਪਣੇ ਕੋਲੇ ਇੱਕ ਦਵਾਈ ਆ ਫੁੱਲਣ ਭਰੀ ਹੋ ਜਾ ਉਹਦੇ ਨਾਲ। ਅੱਛਾ ਯਾਰ। ਹਾਂ ਯਾਰ, ਦਵਾਈ ਕਿਹੋ ਜੀ ਯਾਰ? ਉਹ ਸਿਰਾ ਦਵਾਈ ਆ ਤੂੰ, ਚਲੋ ਕੇਰਾ ਲਵਾ ਦਾਂਗੇ ਬਸ। ਤੂੰ ਸਿਰਾ ਦਵਾਈ ਫੁੱਲਣ ਭਰਾਉਣਗੇ ਫਿਰ ਮੈਨੂੰ ਵੀ ਆਇਆ ਕਰਨਗੇ ਯਾਰ। ਫੁੱਲਣ ਭਰੀ ਆਉਣਗੇ ਯਾਰ। ਚਲ ਦਿਖਾਇਓ ਬਾਈ ਕਿਹੋ ਜੀ ਦਵਾਈ ਹੋਈ ਯਾਰ। ਗਲਤ ਬੋਲ ਦਵਾਈ ਰੱਖੀ ਆਪਾਂ ਬੰਦਾ ਲੈ ਕੇ ਆਉਂਦਾ ਆਪਣਾ ਬਾਈ। ਰੋਣ ਆਉਂਦੇ ਫਿਰ ਯਾਰ ਮੈਨੂੰ ਘਰੋਂ ਗਾਲਾਂ। ਮੁਰਗਾ ਮਸਾਂ ਹੀ ਵੱਟਿਆ ਮੇਰੇ ਬਾਪੂ ਨਾਲ ਬਈ। ਇਹ ਤਾਂ ਯਾਰ ਮੇਰਾ ਨਸ਼ੇੜੀਆਂ ਕੋਲੇ ਨੀ ਬੰਨੇ ਨਹੀਂ ਸਿਰਾ ਏ ਕਿ ਮੇਰੇ ਬਾਰ ਡੱਬੀ ਕੱਢ ਓਏ। ਡੱਬੀ ਡੱਬੀ ਤੇਰੇ ਕੋਲ ਹੀ ਆ, ਤੇਰੇ ਕੋਲ ਹੀ ਹੋਇਆ ਡੱਬੀ। ਮਾੜਾ ਮਜ਼ਾਕ ਹੋ ਗਿਆ, ਗਲਤ ਨਾ ਹੋਵੇ ਯਾਰ। ਆ ਫੜਿਆ ਤੂੰ ਇਹਦੇ ਨਾਲ ਲਾਉਣੀ ਆ, ਤੈਨੂੰ ਦੱਸੂ ਕਿਵੇਂ ਲਾਉਣੀ ਆ। ਐਵੇਂ ਲਾਈ ਬਸ ਸਿਰਾ ਫੁੱਲ ਨੰਬਰ ਆਉਣਗੇ ਇਹਦੇ ਨਾਲ ਤੈਨੂੰ ਬਾਈ ਯਾਰ। ਕਿਤੇ ਪਹਿਲੇ ਨੰਬਰ ਜਾਏਗਾ ਇਹਦੇ ਨਾਲ ਤੂੰ। ਆ ਜੇ ਉਵੇਂ ਲਾ, ਐਵੇਂ ਲਾ ਬਾਈ ਯਾਰ। ਸਿਰਾ ਦਵਾਈ ਯਾਰ ਬਾਲਾ ਟਾਈਮ ਨਾ ਲਾ, ਹੋਰ ਲਾ ਲੈ, ਹੋਰ ਲਾ ਲਾ ਬਸ। ਬਹੁਤ ਲੱਕ ਰੁਕ ਮੈਂ ਸੈੱਟ ਹੋ ਜਾਏਗਾ। ਸੈੱਟ ਹੋ ਜਾਏਗਾ ਤੂੰ ਕਿ ਮੈਂ ਸੈੱਟ ਆ ਚੱਕਰ ਜਾਂਦਾ। ਚਲ ਇਹ ਦੋਈ ਠੀਕ ਹੋ ਜਾਏਗਾ। ਇੱਕ ਹੋਰ ਲਾ ਲਾ ਤੂੰ, ਚੱਕਰ ਆਉਂ ਜਾਂਦਾ ਜਮਾ ਹੀ ਸੈੱਟ ਹੋ ਜਾਏਗਾ ਹੁਣ ਤੂੰ। ਆ ਲਾ ਕੇ ਦੇਖ ਇੱਕ ਵਾਰੀ। ਲਾ 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 ਬਸ, ਕੋਈ ਨੀ ਕੋਈ ਨੀ, ਹੁਣ ਤੂੰ ਸੈੱਟ ਹੋ ਜਾਏਗਾ ਪੂਰਾ। ਕੋਈ ਨੀ ਏਡੀ ਕੋਈ ਗੱਲ ਨੀ ਬਈ, ਘਬਰਾਹਟ ਵੀ ਹੁੰਦੀ ਹੈ। ਨਾ ਨਾ ਕੁਛ ਨੀ ਹੁੰਦਾ ਤੈਨੂੰ, ਐਡੀ ਕੋਈ ਗੱਲ ਨੀ। ਕੋਈ ਨੀ ਕੋਈ ਨੀ, ਹੁਣ ਫੁੱਲ ਨੰਬਰ ਆਉਣਗੇ ਤੈਨੂੰ। ਆਇਆ ਆਇਆ ਕੋਈ ਐਡੀ ਗੱਲ ਨੀ, ਐਡੀ ਚੱਕਰ ਦੀ ਗੱਲ ਆ। ਕੋਈ ਨੀ, ਉਹ ਸੈੱਟ ਵਾਲਾ ਹੋ ਗਿਆ ਉਹ ਬਸ, ਤੂੰ ਇਹਨੂੰ ਲੈ ਕੇ ਚੱਲੋ ਯਾਰ ਆਪਣੇ ਅੱਡੇ ਦੇ ਲੈ ਕੇ। ਕੋਈ ਨੀ ਆ ਜਾਓ ਅੱਡੇ ਤੇ, ਚੱਲੋ ਆਪਣੇ ਆ ਜਾਓ। ਮੋਟਰਸਾਈਕਲ ਤੇ ਬਾਹੋ ਨੀ, ਮੋਟਰਸਾਈਕਲ ਤੇ ਹੋਰ ਬਾਈ ਠੀਕ ਆ? ਵਧੀਆ। ਕਿਵੇਂ ਆ ਫਿਰ? ਵਧੀਆ ਬਾਈ। ਕੱਲ ਵਾਲਾ ਯਾਰ, ਕੱਲ ਵਾਲੇ ਸਰੀਰ ਜੀ ਲੱਗਿਆ ਪਿਆ, ਕੱਲ ਦਾ ਹੋਰ ਹੀ ਸਮਾਨ ਲਵਾ ਕੇ ਦੇਣਾ। ਕੋਈ ਨੀ, ਕੱਲ ਵਾਂਗ ਵੀ ਲਾਉਣਾ ਬਾਈ, ਐਂ ਵੀ ਲਾਉਣਾ, ਐਂ ਵੀ ਲਾਉਣਾ ਲਾ ਯਾਰ। ਇੱਕ ਹੋਰ ਲਾਉਣ, ਉਹਨਾਂ ਸਾਡੇ ਕੋਲ 20 ਰੁਪਈਆਂ ਦਾ ਤੋੜਾ ਹੈਗਾ, ਹੁਣ ਤੂੰ ਰੁਪਈਏ ਲਿਆਇਆ ਕਰ ਘਰੋਂ। ਕਰਿਆ ਕਰ ਪੈਸਾ ਪੂਸਾ ਹੱਲ ਬਾਈ। ਪੈਸਾ ਯਾਰ ਮੇਰਾ ਬਾਪੂ ਗਰੀਬ ਆ ਯਾਰ, ਪੈਸਾ ਤਾਂ ਬਾਈ ਤੰਗ ਕਰ ਲਿਆ।
ਬਾਪੂ ਮਸਾ ਹੀ ਦਿਓ ਯਾਰ ਚੰਗਾ ਯਾਰ ਅਸੀਂ ਵੀ ਜਾਣੇ ਯਾਰ ਚਲੋ ਚਲੋ ਬਾਈ ਚਲੋ ਬਾਪੂ ਕੀ ਹੋ ਗਿਆ ਤੈਨੂੰ ਉਹ ਬਾਪੂ ਉੱਠ ਯਾਰ ਲੱਗਦਾ ਬੇਹੋਸ਼ ਹੋ ਗਿਆ ਚੱਲ ਆਪਾਂ ਆਪਦਾ ਕੰਮ ਦਾ ਕਰ ਗਈ ਯਾਰ ਕਿੱਥੇ ਯਾਰ ਨਿਕਲ ਪੈਸੇ ਤਾਂ ਮਿਲ ਕੇ ਚੱਲ ਲੱਭ ਕੇ ਬਾਅਦ ਚ ਉੱਠ ਪੜੋ ਚੱਲ ਨਸ਼ੇ ਜੋਗੇ ਤਾਂ ਮਿਲੇ ਕੱਲ ਵਾਲੇ ਅੱਡੇ ਤਾਂ ਹੈ ਨੀ ਯਾਰ ਹੁਣ ਕਿਵੇਂ ਲੱਭ ਗਏ ਉਹਨਾਂ ਨੂੰ ਚੱਲ ਫੋਨ ਕਰਦੇ ਹਾਂ ਨੰਬਰ ਹੈਗਾ ਚੁਣਨਾ ਫੋਨ ਲਾਉਣੇ ਆਪਾਂ ਹੈਲੋ ਹਾਂ ਬਾਈ ਮੈਂ ਸੀਪਾ ਬੋਲਦਾ ਹੋਰ ਠੀਕ ਆ ਯਾਰ ਕਿੱਥੇ ਆ ਬਾਈ ਤੁਸੀਂ ਪੁੱਛਿਆ ਯਾਰ ਮੈਂ ਤੁਹਾਨੂੰ ਉਸ 'ਤੇ ਲਿਆ ਪਹਿਲਾਂ ਹੀ ਦੁਕਾਨ 'ਤੇ ਲੱਭਿਆ ਤੁਸੀਂ ਉੱਥੇ ਮਿਲੇ ਨਹੀਂ ਯਾਰ ਹੋਇਆ ਬਾਈ ਸਰੀਰ ਨੂੰ ਵੀ ਤੋੜ ਲੱਗੀ ਪਈ ਯਾਰ ਉਹ ਸਮਾਨ ਜਿਹਾ ਲਵਾ ਦਿਓ ਪੈਸੇ ਪੂਸਦੇ ਕੋਈ ਗੱਲ ਨਹੀਂ ਬਾਈ ਪੈਸੇ ਮੈਂ ਲੈ ਆਉਣਾ ਤੁਸੀਂ ਬੇਨਤੀ ਕਰੋ ਮੈਨੂੰ ਬਸ ਸਮਾਨ ਦਿਓ ਚੱਲ ਮੈਂ ਆਉਣਾ ਬਸ 5 ਮਿੰਟ ਜੀ ਆ ਗਿਆ ਮੈਂ ਰੁਕ ਬਸ ਠੀਕ ਆ ਗਿਆ ਯਾਰ ਥਾਂ ਤਾਂ ਯਾਰ ਉਹਨਾਂ ਨੇ ਆਹੀ ਦੱਸਿਆ ਸੀ ਯਾਰ ਪਤੰਦਰ ਹੈ ਕਿਤੇ ਹੈ ਨਹੀਂ ਦੇਂਦੇ ਨਹੀਂ ਯਾਰ ਯਾਰ ਥਾਂ ਤਾਂ ਆਹੀ ਸੀ ਚੱਲ ਫੋਨ ਕਰਕੇ ਬਹਿਣੀ ਆਪਾਂ ਯਾਰ ਉਹ ਬੈਠੇ ਮਿਲਣਾ ਸੀ ਉਹੀ ਹੋਣਗੇ ਯਾਰ ਚੱਲ ਉਹਨਾਂ ਕੋਲੇ ਚੱਲਦੇ ਉਹੀ ਹੋਣਗੇ ਲਾਓ ਮੈਂ ਸਮਾਨ ਇਹਦੇ ਲੱਗ ਗਿਆ ਆਪਾਂ ਅੱਜ ਬਈ ਉਹੀ ਹੈ ਨਾ ਸਮਾਨ ਤੈਨੂੰ ਉਦੋਂ ਵੀ ਵਧਗਾ ਮਹਲਾ ਮਾੜਾ ਹੁਣ ਇਹਨੂੰ ਉਦੋਂ ਵੀ ਵਧਗਾ ਸਮਾਨ ਇਹ ਚੱਲ ਤੂੰ ਹੁਣ ਕਿਹੜਾ ਜਾ ਤੇ ਅਸੀਂ ਫੇਰ ਆਪਾਂ ਚੱਲ ਠੀਕ ਹੈ ਫਿਰ ਤੂੰ ਚੋਪੀ ਰਹਿ ਨਾ ਘੱਟ ਲਾਇਆ ਕਰ ਸਮਾਨ ਕਿਤੇ ਪਹਿਲਾਂ ਹੀ ਗੱਡੀ ਚੜ ਜੇ ਕੁਛ ਨੀ ਹੁੰਦਾ ਬਾਈ ਕੁਛ ਨੀ ਹੁੰਦਾ ਚੱਲ ਇਹ ਗੱਲ ਤਾਂ ਤੁਸੀਂ ਛੱਡੋ ਜਿਹੜਾ ਆਪਾਂ ਨਵਾਂ ਬੰਦਾ ਫੱਟਣਾ ਇਹ ਪੂਰਾ ਸਿਰਾ ਹੁਣ ਇਹ ਆਪਣੇ ਰੁਪਈਆ ਰੁਪਈਆ ਦਾ ਹੱਲ ਕਰਕੇ ਦਿਆ ਕਰੋ ਤੁਸੀਂ ਇਹਦਾ ਮਾੜਾ ਖਿਆਲ ਰੱਖਿਆ ਕਰੋ ਇਹ ਤਾਂ ਖਿਆਲ ਹੀ ਆ ਲਵਾ ਦਿਆ ਕਰਾਂਗੇ ਪੂਰੇ ਪਹਿਲਾਂ ਛੋਟੇ ਹੁੰਦੇ ਦੀ ਮਾਂ ਚਲੀ ਗਈ ਸੋਚਿਆ ਸੀ ਇਹਨੂੰ ਪੜ੍ਹਾ ਕੇ ਕੋਈ ਚੰਗਾ ਅਫਸਰ ਬਣ ਜੂਗਾ ਤੇ ਉਹਦੇ ਕਰਜ਼ੇ ਵੀ ਲਾ ਦੂਗਾ ਪਰ ਇਹਨੇ ਮੇਰੀ ਲੱਜ ਨਹੀਂ ਦੇਖੀ ਕਰਜ਼ਾ ਹੀ ਬਹੁਤ ਚੜ ਗਿਆ ਸਿਰ ਹੁਣ ਤਾਂ ਬਸ ਇੱਕ ਹੀ ਚੀਜ਼ ਪੱਲੇ ਰਹਿ ਗਈ ਮੌਤ ਮੌਤ ਵਾਹਿਗੁਰੂ ਵਾਹਿਗੁਰੂ ਮਾਪੇ ਜਿਉਂਦੇ ਜੀ ਹੀ ਲਾਸ਼ ਬਣਦੇ ਸਮਾਨ ਦਾ ਜੁਗਾੜ ਹੋ ਗਿਆ ਹੱਥ ਨਾਲ ਤਾਂ ਕਿਵੇਂ ਕਰਾਂਗੇ ਫਿਰ ਬਾਪੁਰ ਪਹੁੰਚ ਜਾ ਲੀਟਰ ਜਾ ਕੇ ਡਿੱਗਿਆ ਪਿਆ ਫਿਰ ਇਹਦਾ ਪਾਸੇ ਰੱਖ ਗਿਆ ਫਿਰ ਇਹ ਵਾਲਾ ਹੀ ਉਹ ਬਾਪੂ ਉਹ ਖੜਾ ਹੋ ਗਿਆ ਬਾਪੂ ਉਹ ਮਾੜਾ ਖੜਾ ਹੋ ਗਿਆ ਪੈਸੇ ਪੂਸੇ ਤੇ ਉਹ ਬਾਪੂ ਖੜਾ ਹੋ ਬੋਲਦੇ ਨੀ ਬਾਪੂ ਬੋਲਦਾ ਕਹਿੰਦਾ ਨੀ ਬਾਪੂ ਤੂੰ ਬਾਪੂ ਬਾਪੂ ਉੱਠ ਖੜ ਗਿਆ ਬਾਪੂ ਉੱਠਦਾ ਕਹਿੰਦਾ ਨੀ ਬਾਪੂ ਉਹ ਕਿਤੇ ਸਪਰੇ ਬਾਪੂ ਉਲਟਾ ਨੀ ਪੀਲੀ ਰੱਬਾ ਆ ਕੀ ਹੋ ਗਿਆ ਮੈਨੂੰ ਅੱਜ ਸਪਰੇ ਪੀਲੀ ਬਾਪੂ ਉਹ ਜਿਉਂਦਾ ਕਰਦੇ ਰੱਬਾ ਮੇਰੇ ਬਾਪੂ ਜਿਉਂਦਾ ਕਰਦੇ ਰੱਬਾ ਮੇਰੇ ਬਾਪੂ ਨੀ ਜਿਉਂਦਾ ਕਰਦੇ ਰੱਬਾ ਤੇ ਆ ਕੀ ਭਾਣਾ ਪਰਤਾਦਾ ਉਹ ਮੇਰੀ ਗਲਤੀ ਸੀ ਮੇਰਾ ਤੇਰੇ ਬਿਨਾ ਕੋਈ ਨੀ ਇਸ ਦੁਨੀਆਂ ਤੇ ਰੱਬਾ ਮੇਰਾ ਬਾਪੂ ਦੇ ਬਿਨਾ ਕੋਈ ਨੀ ਰੱਬਾ ਹੁਣ ਜੇ ਬਾਪੂ ਮੇਰਾ ਮਰ ਗਿਆ ਤਾਂ ਹੁਣ ਮੈਨੂੰ ਹੀ ਮਰਨਾ ਹੀ ਚਾਹੀਦਾ ਰੱਬਾ ਮੈਨੂੰ ਹੀ ਮਰਨਾ ਚਾਹੀਦਾ ਜਿਉਂਦੇ ਜੀ ਹੀ ਲਾਸ਼ ਬਣਦੇ